ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਆਪਾਂ ਨਰੇਸ਼ਨ ਦੀ ਸਟੱਡੀ ਕਰ ਰਹੇ ਹਾਂ। ਆਪਾਂ ਇੱਕ ਖਾਸ ਸਿਧਾਂਤ ਤੇ ਚੱਲ ਰਹੇ ਹਾਂ, ਸੌਖੇ ਤੋਂ ਔਖੇ ਵੱਲ। ਤਾਂ ਪਿਆਰੇ ਵਿਦਿਆਰਥੀਓ, ਅੱਜ ਨਰੇਸ਼ਨ ਦਾ ਸਬ ਟੋਪਿਕ ਡਿਕਲੇਅਰ ਕਰਨ ਤੋਂ ਪਹਿਲਾਂ ਆਪਾਂ ਕੁਝ ਸੈਂਟੈਂਸਿਸ ਦੀ ਸਟੱਡੀ ਕਰ ਲੈਂਦੇ ਹਾਂ। ਪਹਿਲਾ ਸੈਂਟੈਂਸ ਹੈ, ਹੀ ਸੈਡ ਟੂ ਯੂ, I have passed the test today. Answer hai, he told you that he had passed the test that day. Mohan said to me, I have no time to talk to you now. Mohan said that he had no time to talk to me then. Tusi note kita ਕਿ ਪਹਿਲੇ ਵਾਕ ਦੇ ਵਿੱਚ ਟੂਡੇ ਸ਼ਬਦ ਦਾ ਬਣ ਗਿਆ ਸ਼ਬਦ ਦੈਟ ਡੇ, ਦੂਜੇ ਵਾਕ ਦੇ ਵਿੱਚ ਨਾਓ ਸ਼ਬਦ ਦਾ ਨਵਾਂ ਸ਼ਬਦ ਬਣ ਗਿਆ ਦੈਨ। ਤਾਂ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਟੂਡੇ ਤੋਂ ਦੈਟ ਡੇ ਹੋ ਗਿਆ, ਨਾਓ ਤੋਂ ਦੈਨ ਹੋ ਗਿਆ, ਇਸੇ ਤਰ੍ਹਾਂ ਕੁਝ ਹੋਰ ਸ਼ਬਦ ਵੀ ਨੇ ਜਿਹੜੇ ਕਿ ਆਪਦਾ ਰੂਪ ਬਦਲ ਲੈਂਦੇ ਨੇ, ਹੋਰ ਸ਼ਬਦ ਦੇ ਵਿੱਚ ਪਰਿਵਰਤਿਤ ਹੋ ਜਾਂਦੇ ਨੇ ਜਦੋਂ ਆਪਾਂ ਇਨਡਾਇਰੈਕਟ ਨਰੇਸ਼ਨ ਬਣਾਉਂਦੇ ਹਾਂ। ਉਹ ਕਿਹੜੇ ਸ਼ਬਦ ਨੇ? ਜੇ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ, ਅੰਗਰੇਜ਼ੀ ਦੇ ਵਿੱਚ ਗੱਲ ਕਰੀਏ ਐਡਜੈਕਟਿਵਸ ਤੇ ਐਡਵਰਬਸ। ਤਾਂ ਪਿਆਰੇ ਵਿਦਿਆਰਥੀਓ, ਅੱਜ ਆਪਾਂ ਨਰੇਸ਼ਨ ਦੇ ਵਿੱਚ ਐਡਜੈਕਟਿਵਸ ਤੇ ਐਡਵਰਬਸ ਬਾਰੇ ਸਟੱਡੀ ਕਰਾਂਗੇ। ਅੱਜ ਆਪਾਂ ਸਟੱਡੀ ਕਰਾਂਗੇ ਚੇਂਜ ਆਫ ਐਡਜੈਕਟਿਵਸ ਐਂਡ ਐਡਵਰਬਸ ਇਨ ਨਰੇਸ਼ਨ। ਪਿਆਰੇ ਵਿਦਿਆਰਥੀਓ, ਡਾਇਰੈਕਟ ਨਰੇਸ਼ਨ ਦਾ ਕੋਈ ਸ਼ਬਦ ਇਨਡਾਇਰੈਕਟ ਨਰੇਸ਼ਨ ਦੇ ਵਿੱਚ ਕਿਹੜੇ ਸ਼ਬਦ ਦੇ ਵਿੱਚ ਬਦਲ ਜਾਂਦਾ ਹੈ, ਇਹ ਆਪਾਂ ਸਟੱਡੀ ਕਰ ਰਹੇ ਹਾਂ। ਨਾਲ ਦੀ ਨਾਲ ਆਪਾਂ ਇਹਨਾਂ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਅਰਥ ਵੀ ਜ਼ਰੂਰ ਜਾਣਾਂਗੇ। ਪਹਿਲਾ ਵਰਡ ਹੈ ਨਾਓ, ਬਣ ਕੀ ਜਾਵੇਗਾ ਦੈਨ, ਅਰਥ ਕੀ ਹੈ ਹੁਣ, ਹੁਣ ਦਾ ਕੀ ਬਣ ਜਾਏਗਾ ਤਦ ਜਾਂ ਉਦੋਂ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਦੂਸਰਾ ਸ਼ਬਦ ਹੈ ਦਿਸ, ਇਹ ਦਿਸ ਕਾਹਦੇ ਵਿੱਚ ਬਦਲ ਜਾਵੇਗਾ ਦੈਟ, ਉਹ। ਦੀਜ ਕਿਸ ਵਿੱਚ ਬਦਲ ਜਾਵੇਗਾ ਦੋਜ਼ ਵਿੱਚ। ਦੀਜ ਕੀ ਹੈ, ਇਹਦਾ ਅਰਥ ਪੰਜਾਬੀ ਚ ਕਰੀਏ ਤਾਂ ਇਹ ਹੈ, ਪਰ ਬਹੁਵਚਨ ਚੀਜ਼ਾਂ ਵਾਸਤੇ ਹੈ। ਕਿਸ ਚ ਬਦਲ ਜਾਵੇਗਾ ਦੋਜ਼, ਉਹ ਬਹੁਵਚਨ ਚੀਜ਼ਾਂ ਵਾਸਤੇ। ਕੰਮ ਕਾਹਦੇ ਵਿੱਚ ਬਦਲ ਜਾਵੇਗਾ ਗੋ, ਕੰਮ ਕਾਹਦੇ ਵਿੱਚ ਬਦਲ ਜਾਵੇਗਾ ਗੋ ਵਿੱਚ। ਆਉਣਾ ਜਾਣਾ, ਜਾਂ ਕਹਿ ਲਓ ਆਓ ਜਾਓ। ਹੇਅ ਕਾਹਦੇ ਵਿੱਚ ਬਦਲ ਜਾਵੇਗਾ ਦੇ, ਇੱਥੇ ਉੱਥੇ। ਛੇਵਾਂ ਵਰਡ ਹੈ ਸਾਡੇ ਕੋਲੋਂ ਐਗੋ, ਪਹਿਲਾਂ, ਬਿਫੋਰ ਦਾ ਅਰਥ ਵੀ ਪਹਿਲਾਂ, ਪਰ ਐਗੋ ਕਿਸ ਮਾਮਲੇ ਦੇ ਵਿੱਚ, ਅਜਿਹੇ ਸਮੇਂ ਬਾਰੇ ਜਿਹੜਾ ਪਹਿਲਾਂ ਦਾ ਸੀ। ਬਿਫੋਰ ਦੇ ਹੋਰ ਉਪਯੋਗ ਵੀ ਨੇ, ਜਿਵੇਂ ਇੱਕ ਤਾਂ ਹੈ ਕਿ ਸਮੇਂ ਦੇ ਸੰਬੰਧ ਵਿੱਚ ਆਪਾਂ ਕਹਿ ਸਕਦੇ ਕਿ ਪਹਿਲਾਂ, ਦੂਸਰਾ ਇਸ ਦਾ ਉਪਯੋਗ ਕੀ ਹੈ ਇਸ ਤੋਂ ਅੱਗੇ, ਜਾਂ ਇਸ ਦਾ ਹੋਰ ਕੀ ਭਾਵ ਨਿਕਲਦਾ ਹੈ ਕੁਝ ਵਾਕਾਂ ਦੇ ਵਿੱਚ ਸਾਹਮਣੇ। ਆਪਾਂ ਇਹਨਾਂ ਦੇ ਸਹੀ ਅਰਥਾਂ ਨੂੰ ਸਮਝਣ ਲਈ ਵਾਕ ਸਟੱਡੀ ਕਰਦੇ ਹਾਂ। ਐਗੋ, ਹੀ ਲੈਫਟ ਦਾ ਹਾਊਸ ਓਵਰ ਐਨ ਆਵਰ ਅਗੋ, ਉਹ ਇੱਕ ਘੰਟਾ ਪਹਿਲਾਂ ਘਰੋਂ ਚਲਾ ਗਿਆ। ਲੌਂਗ ਅਗੋ ਦੇਅਰ ਲਿਵਡ ਅ ਗਰਲ ਕਾਲਡ ਸਿੰਡਰਾਲਾ, ਲੰਮਾ ਸਮਾਂ ਪਹਿਲਾਂ ਉੱਥੇ ਇੱਕ ਲੜਕੀ ਸਿੰਡਰਾਲਾ ਨਾਂ ਦੀ ਰਹਿੰਦੀ ਸੀ। ਹੁਣ ਗੱਲ ਕਰੀਏ ਬਿਫੋਰ ਦੀ, ਵਾਸ਼ ਹੈਂਡਸ ਬਿਫੋਰ ਈਟਿੰਗ ਦਾ ਮੀਲ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋ ਲਵੋ। ਸੈਕਿੰਡ ਇਹਦਾ ਉਪਯੋਗ ਹੋਰ ਕੀ ਹੈ, ਸੁਨੀਤਾ ਸਟੁੱਡ ਬਿਫੋਰ ਹਰ, ਸੁਨੀਤਾ ਉਸਦੇ ਅੱਗੇ ਖੜ ਗਈ। ਹੁਣ ਤੁਸੀਂ ਦੇਖੋ ਬਿਫੋਰ ਦਾ ਅਰਥ ਜਿਹੜਾ ਹੈਗਾ ਇੱਥੇ ਤਾਂ ਪਹਿਲਾਂ ਨਿਕਲ ਰਿਹਾ, ਇੱਥੇ ਅੱਗੇ ਨਿਕਲ ਰਿਹਾ। ਤਾਂ ਪਿਆਰੇ ਵਿਦਿਆਰਥੀਓ, ਵਾਤਾਵਰਣ ਦੇ ਅਨੁਸਾਰ ਸ਼ਬਦਾਂ ਦੇ ਅਰਥ ਕੁਝ ਬਦਲ ਜਾਂਦੇ ਹਨ।
नेक्स्ट वर्ड है ਸਾਡੇ ਕੋਲੋਂ ਟੂਡੇ ਕਾਦੇ ਵਿੱਚ ਬਦਲ ਜਾਵੇਗਾ ਦੈਟ ਡੇ ਦੇ ਵਿੱਚ ਟੂਡੇ ਅੱਜ ਕਿਸ ਵਿੱਚ ਬਦਲ ਜਾਵੇਗਾ ਦੈਟ ਡੇ ਉਸ ਦਿਨ ਨੈਕਸਟ ਹੈ ਦਸ ਇਸ ਪ੍ਰਕਾਰ ਸੋ ਇਸ ਲਈ ਦਸ ਇਸ ਪ੍ਰਕਾਰ ਸੋ ਇਸ ਲਈ ਪਿਆਰੇ ਵਿਦਿਆਰਥੀਓ ਅੱਗੇ ਵੀ ਕੁਝ ਮਿਲਦੇ ਜੁਲਦੇ ਭਾਵ ਵਾਲੇ ਸ਼ਬਦ ਨੇ ਹੈਂਸ ਹੈਂਸ ਦਾ ਮਤਲਬ ਹੈ ਇਸ ਲਈ ਦੈਂਸ ਸਿੱਟੇ ਵਜੋਂ ਲਗਭਗ ਇਹਨਾਂ ਦਾ ਅਰਥ ਵੀ ਸੇਮ ਹੈ ਜਦੋਂ ਆਪਾਂ ਕੋਈ ਸਵਾਲ ਕੱਢ ਰਹੇ ਹੁੰਦੇ ਹਾਂ ਤੇ ਸਵਾਲ ਸੋਲਵ ਕਰਦੇ ਕਰਦੇ ਜਦੋਂ ਅੰਤ ਤੇ ਪਹੁੰਚਦੇ ਹਾਂ ਤੇ ਆਪਾਂ ਉੱਤਰ ਲਿਖਣਾ ਹੁੰਦਾ ਹੈ ਉਦੋਂ ਆਪਾਂ ਲਿਖਦੇ ਹਾਂ ਹੈਂਸ ਇਸੇ ਤਰ੍ਹਾਂ ਜਿਹੜਾ ਦੈਂਸ ਹੈ ਕੁਝ ਵਾਕਾਂ ਦੇ ਵਿੱਚ ਇਸ ਤਰ੍ਹਾਂ ਪ੍ਰਯੋਗ ਹੁੰਦਾ ਹੈ ਕਿ ਉਹਦਾ ਅਰਥ ਨਿਕਲੇ ਸਿੱਟੇ ਵਜੋਂ ਤਾਂ ਪਿਆਰੇ ਵਿਦਿਆਰਥੀਓ ਨੈਕਸਟ ਵਰਡ ਹੈਗਾ ਯੈਟ ਅਜੇ ਤੱਕ ਕਾਹਦੇ ਵਿੱਚ ਤਬਦੀਲ ਹੋ ਜਾਏਗਾ ਟਿਲ ਦੈਟ ਟਾਈਮ ਉਸ ਸਮੇਂ ਤੱਕ ਤਾਂ ਯੈਟ ਨੂੰ ਆਪਾਂ ਕਾਹਦੇ ਵਿੱਚ ਤਬਦੀਲ ਕਰ ਦੇਣਾ ਟਿਲ ਦੈਟ ਟਾਈਮ ਅਜੇ ਤੱਕ ਨੂੰ ਕਿਸ ਵਿੱਚ ਤਬਦੀਲ ਕਰ ਦੇਣਾ ਉਸ ਸਮੇਂ ਤੱਕ ਤਾਂ ਪਿਆਰੇ ਵਿਦਿਆਰਥੀਓ ਨੈਕਸਟ ਹੈ ਸਾਡੇ ਕੋਲ ਵਰਡ ਟੂ ਮਾਰੋ ਆਉਣ ਵਾਲਾ ਕੱਲ ਕਿਸ ਵਿੱਚ ਬਦਲ ਜਾਣਾ ਟੂ ਮਾਰੋ ਨੇ ਦਾ ਨੈਕਸਟ ਡੇ ਅਗਲੇ ਦਿਨ ਪਿਆਰੇ ਵਿਦਿਆਰਥੀਓ ਭਾਵ ਲਗਭਗ ਬਰਾਬਰ ਹੀ ਹੈ ਯੈਸਟਰਡੇ ਬੀਤਿਆ ਕੱਲ ਦਾ ਡੇ ਬਿਫੋਰ ਇੱਕ ਦਿਨ ਪਹਿਲਾਂ ਗੱਲ ਤਾਂ ਉਹੀ ਹੈ ਜਾਂ ਆਪਾਂ ਕੀ ਕਹਿ ਸਕਦੇ ਹਾਂ ਦ ਪ੍ਰੀਵੀਅਸ ਡੇ ਪਿਛਲੇ ਦਿਨ ਤੇ ਜਿਹੜਾ ਬੀਤਿਆ ਹੋਇਆ ਦਿਨ ਹੈ ਉਹ ਪਿਛਲੇ ਹੀ ਦਿਨ ਸੀ ਲਾਸਟ ਨਾਈਟ ਪਿਛਲੀ ਰਾਤ ਦਾ ਨਾਈਟ ਬਿਫੋਰ ਇੱਕ ਰਾਤ ਪਹਿਲਾਂ ਗੱਲ ਹੋ ਗਈ ਹੈ ਜਾਂ ਆਪਾਂ ਕੀ ਕਹਿ ਸਕਦੇ ਹਾਂ ਦ ਪ੍ਰੀਵੀਅਸ ਨਾਈਟ ਪਿਛਲੀ ਰਾਤ ਨੈਕਸਟ ਹੈ ਟੂ ਨਾਈਟ ਅੱਜ ਰਾਤ ਕੀ ਬਣ ਜਾਏਗਾ ਦੈਟ ਨਾਈਟ ਟੂ ਨਾਈਟ ਦਾ ਕੀ ਬਣ ਜਾਏਗਾ ਦੈਟ ਨਾਈਟ ਅੱਜ ਰਾਤ ਉਸ ਰਾਤ ਪਿਆਰੇ ਵਿਦਿਆਰਥੀਓ ਜਿਹੜਾ ਸ਼ਬਦ ਹੈ ਨਾ ਅਜੈਕਟਿਵ ਅਜੈਕਟਿਵ ਦਾ ਭਾਵ ਇਹ ਹੁੰਦਾ ਵਿਸ਼ੇਸ਼ਣ ਵਿਸ਼ੇਸ਼ਣ ਦਾ ਕੀ ਭਾਵ ਹੈ ਅਜਿਹੇ ਸ਼ਬਦ ਜਿਹੜੇ ਕਿਸੇ ਵਸਤੂ ਕਿਸੇ ਸੰਸਥਾ ਜਾਂ ਕਿਸੇ ਵਿਅਕਤੀ ਦੀ ਵਿਸ਼ੇਸ਼ਤਾ ਕਰਦੇ ਹੋਣ ਤੇ ਜਿਹੜਾ ਸ਼ਬਦ ਹੈ ਐਡਵਰਬ ਉਹਦਾ ਭਾਵ ਹੈ ਕਿਰਿਆ ਵਿਸ਼ੇਸ਼ਣ ਅਜਿਹੇ ਸ਼ਬਦ ਜਿਹੜੇ ਕਿਸੇ ਨਾ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਕਰਦੇ ਹੋਣ ਆਪਾਂ ਇੱਕ ਲਿਸਟ ਬਣਾ ਲਈ ਕਿ ਡਾਇਰੈਕਟ ਨਰੇਸ਼ਨ ਦੇ ਵਿੱਚ ਕਿਹੜੇ ਸ਼ਬਦ ਨੂੰ ਇਨਡਾਇਰੈਕਟ ਨਰੇਸ਼ਨ ਦੇ ਵਿੱਚ ਕਿਹੜੇ ਸ਼ਬਦ ਵਿੱਚ ਬਦਲ ਦੇਣਾ ਹੈ ਆਓ ਆਪਾਂ ਵਾਕਾਂ ਦੇ ਵਿੱਚ ਵੀ ਪ੍ਰੈਕਟਿਸ ਕਰ ਲੈਂਦੇ ਹਾਂ ਪਹਿਲਾ ਸੈਂਟੈਂਸ ਹੈ ਡਾਇਰੈਕਟ ਨਰੇਸ਼ਨ ਦੇ ਵਿੱਚ ਰਾਮ ਸੈਡ ਟੂ ਸੁਰਜੀਤ ਯੂ ਕੈਨਟ ਸੇ ਮੀ ਨਾਓ ਆਪਾਂ ਜ਼ੋਰ ਕਿਸ ਤੇ ਦੇਣਾ ਨਾ ਉਹਨੂੰ ਸਮਝਣ ਤੇ ਦੇਣਾ ਹੈ ਬਾਕੀ ਦੇ ਜਿਹੜੇ ਆਪਾਂ ਨਿਯਮ ਆ ਉਹ ਪਹਿਲਾਂ ਕਰ ਚੁੱਕੇ ਹਾਂ ਜੇਕਰ ਪਹਿਲਾਂ ਵਾਲੇ ਨਿਯਮਾਂ ਦੀ ਕਿਸੇ ਨੂੰ ਦਿੱਕਤ ਹੋਵੇ ਤਾਂ ਇਸ ਵੀਡੀਓ ਤੋਂ ਪਹਿਲਾਂ ਵਾਲੀਆਂ ਵੀਡੀਓ ਜ਼ਰੂਰ ਦੇਖ ਲਈਆਂ ਜਾਣ ਰਾਮ ਨੇ ਸੁਰਜੀਤ ਨੂੰ ਕਿਹਾ ਤੂੰ ਹੁਣ ਮੈਨੂੰ ਬਚਾ ਨਹੀਂ ਸਕਦਾ ਰਾਮ ਟੋਲਡ ਸੁਰਜੀਤ ਦੈਟ ਰਾਮ ਨੇ ਸੁਰਜੀਤ ਨੂੰ ਕਿਹਾ ਕਿ ਹੀ ਕੁਡ ਨੋਟ ਸੇਵ ਹਿਮ ਦੈਨ ਉਹ ਉਸਨੂੰ ਤਦ ਨਹੀਂ ਬਚਾ ਸਕਦਾ ਸੀ ਪਿਆਰੇ ਵਿਦਿਆਰਥੀਓ ਤੁਸੀਂ ਕਰਨਾ ਕੀ ਹੈ ਜਿੱਥੇ ਮੈਂ ਲਿਖਿਆ ਨਾ ਰਾਮ ਨੇ ਕਿਹਾ ਕਿ ਤੁਸੀਂ ਇੱਥੇ ਨਾ ਆਪਦੇ ਕੋਲੋਂ ਸੀ ਸ਼ਬਦ ਹੋਰ ਲਗਾ ਲੈਣਾ ਰਾਮ ਨੇ ਕਿਹਾ ਸੀ ਕਿ ਉਹ ਤਦ ਉਸਨੂੰ ਨਹੀਂ ਬਚਾ ਸਕਦਾ ਸੀ ਸਾਰੀ ਗੱਲ ਹੀ ਸਮਝ ਲੱਗ ਜੂਗੀ ਨੈਕਸਟ ਹੈ ਆਈ ਸੈਡ ਟੂ ਹਰ ਆਈ ਵਿਲ ਸੀ ਯੂ ਟੂਮਾਰੋ ਮੈਂ ਉਸਨੂੰ ਕਿਹਾ ਮੈਂ ਤੈਨੂੰ ਕੱਲ ਮਿਲਾਂਗਾ ਇਨਡਾਇਰੈਕਟ ਨਰੇਸ਼ਨ ਦੇ ਵਿੱਚ ਕੀ ਹੋ ਜਾਏਗਾ ਆਈ ਟੋਲਡ ਹਰ ਦੈਟ ਆਈ ਵੁੱਡ ਸੀ ਹਰ ਦ ਨੈਕਸਟ ਡੇ ਮੈਂ ਉਸਨੂੰ ਕਿਹਾ ਸੀ ਕਿ ਮੈਂ ਉਸਨੂੰ ਅਗਲੇ ਦਿਨ ਮਿਲਾਂਗਾ ਨੈਕਸਟ ਹੈ ਥਰਡ ਹੀ ਸੈਡ ਆਈ ਸੋ ਦਾ ਤਾਜ ਲਾਸਟ ਈਅਰ ਉਸਨੇ ਕਿਹਾ
मैं ताजमहल पिछले साल देखा सी। हुण जदों इहदी समरी बना के इनडायरेक्ट नरेशन दे विच आपां किसे नूं दसांगे तां की कहांगे? He said that he had seen the Taj the previous year. उसने कहा कि ओह ताज पिछले साल ही देख चुका सी। नेक्स्ट है द थीफ सेड टू द मजिस्ट्रेट। चोर ने मजिस्ट्रेट नूं कहा, चोर ने जज नूं कहा, पार्डन मी दिस टाइम सर, मैनू इस बार माफ कर दो श्रीमान जी। इनडायरेक्ट नरेशन दे विच क्योंकि ये जिहड़ी गल है ये चोर ने आप कहे सी शब्द पार्डन मी दिस टाइम सर, इहदी जदों आपां समरी बनावांगे फिर की बन जाएगा, यानी कि इनडायरेक्ट नरेशन करांगे तां फिर की हो जाएगा? The thief begged the magistrate to pardon him that time. चोर ने मजिस्ट्रेट अगे तरला लिया, तरला लेके बेनती की उसनु माफ करने बारे। उस समय एक बार फिर अपना पंजाबी करते हैं, द थीफ बैग द मजिस्ट्रेट टू पार्डन हिम दैट टाइम। चोर ने तरले वाली बेनती की जज नु उसनु माफ करने बारे उस समय। तो प्यारे विद्यार्थियों जदों आपां वाकां दी पंजाबी करते हाँ, वाकां दा अर्थ जानण दी कोशिश करते हाँ, तो सानू पता लग जांदा है कि क्यों एडजेक्टिव ते एडवर्ब्स दा रूप जिहड़ा हैगा उह बदल गया। प्यारे विद्यार्थियों मैनू पूरी उम्मीद है कि तुहानू इह वीडियो देख के काफ़ी कुछ जानकारी हासिल होई होवेगी। जेकर तुसीं अजकल बिजी रहिंदे हो क्योंकि पेपरां दे दिन ने, तां तुसीं वीडियोस नूं डाउनलोड करके अपने कोलो सेव करके रख सकते हो। जेकर तुहानू वीडियो वधिया लगती है तो दूजे तक जरूर पहुंचा दिया करो। तुहाडा मेरिया वीडियोस नूं देखण ते सलाहण ते बहुत बहुत धन्यवाद। यूट्यूब दे सर्च बार दे विच आपां दिनेश एजुकेशन एंड स्पोर्ट्स लिखना है, ਸਾਡੇ ਕੋਲੋਂ ਇੱਕ ਨਵਾਂ ਪੇਜ ਆ ਜਾਏਗਾ। ਉਹਦੇ ਉੱਪਰਲੇ ਪਾਸੇ ਲਿਖਿਆ ਹੋਇਆ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਅਤੇ ਹੇਠਾਂ ਆਪਸ਼ਨ ਦਿੱਤੀ ਹੈ ਸਬਸਕ੍ਰਾਈਬ ਦੀ, ਤੁਸੀਂ ਡਾਇਰੈਕਟ ਇੱਥੋਂ ਵੀ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਕੋਈ ਵੀਡੀਓ ਦੇਖ ਰਹੇ ਹੋ, ਜਿਵੇਂ ਕਿ ਆਪਾਂ ਚੈਨਲ ਖੋਲ੍ਹ ਲਿਆ ਅਤੇ ਆਪਾਂ ਕੋਈ ਵੀਡੀਓ ਦੇਖ ਰਹੇ ਹਾਂ, ਤਾਂ ਜਦੋਂ ਵੀਡੀਓ ਚੱਲੇਗੀ ਸਾਡੇ ਕੋਲ ਕੁਝ ਆਪਸ਼ਨਸ ਆਉਣਗੀਆਂ, ਤਾਂ ਸਾਡੇ ਕੋਲ ਆਪਸ਼ਨਸ ਆ ਗਈਆਂ ਇੱਥੇ ਜਿੱਥੇ ਫੋਟੋ ਲੱਗੀ ਹੈ ਹੇਠਾਂ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਲਿਖਿਆ ਹੋਇਆ। ਇਹਦੇ ਨਾਲ ਆ ਸਬਸਕ੍ਰਾਈਬ ਦਾ ਬਟਨ ਹੈ, ਤੁਸੀਂ ਸਬਸਕ੍ਰਾਈਬ ਦਾ ਬਟਨ ਨੱਪ ਲੈਣਾ ਇਸ ਨੂੰ, ਅਤੇ ਤੁਹਾਡੇ ਕੋਲ ਤਿੰਨ ਆਪਸ਼ਨਸ ਆਉਣਗੀਆਂ। ਜਦੋਂ ਇਸ ਨੂੰ ਆਪਾਂ ਨੱਪਾਂਗੇ ਤਾਂ ਤਿੰਨ ਆਪਸ਼ਨਸ ਆਉਣਗੀਆਂ, ਉਹਦੇ ਉੱਪਰ ਲਿਖਿਆ ਹੋਇਆ ਆਲ, ਤਾਂ ਆਲ ਦੀ ਆਪਸ਼ਨ ਜਿਹੜੀ ਹੈ ਉਹ ਤੁਸੀਂ ਜ਼ਰੂਰ ਪ੍ਰੈਸ ਕਰ ਦੇਣੀ ਹੈ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਸੁਨੇਹਾ ਲੱਗ ਜਾਇਆ ਕਰੇ। ਸਬਸਕ੍ਰਾਈਬ ਕਰਨ ਲਈ ਅਤੇ ਵੀਡੀਓਜ਼ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।